ਐਂਡ ਉਹਦੀ ਮਾਤਾ ਤੇ ਦੇ ਫਾਦਰ ਨੂੰ ਦੇਖਿਆ ਨਹੀਂ ਜਾਂਦਾ ਸੀਗਾ ਸੋ ਕੱਲ ਦਾ ਮੈਂ ਇਹੀ ਦੇਖਿਆ ਕਿ ਸਾਡੀ ਸਾਰੀ ਇੰਡਸਟਰੀ ਨੇ ਰੈਸਟ ਇਨ ਪੀਸ ਹੱਥ ਜੋੜ ਕੇ ਮਾਂ ਦਾ ਪੁੱਤ ਚਲਾ ਗਿਆ ਸਾਰਿਆਂ ਨੇ ਇਹ ਚੀਜ਼ ਪਾਈ ਹੈ ਆਪਣੇ ਸੋਸ਼ਲ ਕਿਸੇ ਨੇ ਵੀ ਏ ਨਹੀਂ ਪਾਇਆ ਜਾਂ ਇਹ ਨਹੀਂ ਕਿਹਾ ਵੀ ਉਹਦਾ ਕਤਲ ਹੋਇਆ ਆ ਤੇ ਉਹਦਾ ਇਨਸਾਫ ਚਾਹੀਦਾ ਆ ਇਹ ਸਾਡੀ ਇੰਡਸਟਰੀ ਆ ਜੇ ਆਪਾਂ ਕਿਸੇ ਦੇ ਦੁੱਖ ਦੇ ਟਾਈਮ ਉਹ ਮਾਪਿਓ ਦਾ ਕੱਲਾ ਪੁੱਤ ਸੀਗਾ ਜਿਹੜਾ ਚਲੇ ਗਿਆ ਉਹ ਮਾਂ ਅਜ ਰੋਂਦੀ ਘਲੋਂਦੀ ਸੀਗੀ ਦੇਖ ਨਹੀਂ ਜਾਂਦੀ ਸੀਗੀ ਔਰ ਅੱਜ ਵੀ ਉਹਨੇ ਇਹ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜੋ ਦੋ ਗੈਂਗਸਟਰ ਗਰੁੱਪ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਕਿ ਕਿਸੇ ਹੋਰ ਮਾਂ ਦਾ ਪੁੱਤ ਨਾ ਜਾਵੇ ਇੰਨਾ ਜਿਗਰਾ ਸੀਗਾ ਉਸ ਮਾਂ ਦੇ ਵਿੱਚ ਉਹਨੇ ਆ ਗੱਲ ਕਹੀ ਉੱਤੇ ਖਲੋਤੇ ਉਸੇ ਫਾਦਰ ਨੇ ਕਿਹਾ ਕਿ ਇਸ ਤੋਂ ਚੰਗਾ ਮੈਂ ਮਜ਼ਦੂਰ ਹੀ ਰਹਿੰਦਾ ਮੈਂ ਕਦੀ ਵੀ ਨਹੀਂ ਚਾਹੁੰਦਾ ਸੀਗਾ ਕਿ ਮੇਰਾ ਮਤਲਬ ਇਸ ਵਿਲੇ ਮੈਨੂੰ ਆਪਣੇ ਆਪਣੇ ਪੁੱਤ ਨੂੰ ਉਦੀ ਡੈੱਡ ਬਾਡੀ ਨੂੰ ਐਵੇਂ ਦੇਖਣਾ ਪਊਗਾ ਉਹਨਾਂ ਦਾ ਕਹਿਣਾ ਸੀਗਾ ਕਿ ਕਦੀ ਇਹ ਵੇਖ ਕੇ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਦਾ ਪੁੱਤ ਵੀ ਇੰਨੀ ਤਰੱਕੀ ਨਾ ਕਰੇ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਜੇ ਕਿ ਭਰੀ ਜਵਾਨੀ ਦੇ ਵਿੱਚ ਮਾਂ ਪਿਓ ਨੂੰ ਉਹਦਾ ਅੰਤਿਮ ਸੰਸਕਾਰ ਕਰਨਾ ਪੈ ਜੇ ਅੱਜ ਉਹਦੇ ਮਾਂ ਪਿਓ ਨੂੰ ਨਹੀਂ ਦੇਖਿਆ ਜਾਂਦਾ ਸੀਗਾ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੀ ਜਨਤਾ ਕੋਲੋਂ ਪੰਜਾਬ ਦੇ ਸੋ ਕਾਲਡ ਆਰਟਿਸਟਾਂ ਕੋਲੋਂ ਕਿ ਤੁਸੀਂ ਜਿਹੜਾ ਤੁਸੀਂ ਫੋਟੋਆਂ ਪਾ ਕੇ ਹੱਥ ਜੋੜ ਕੇ ਰੈਸਟਿੰਗ ਪੀਸ ਲਿਖ ਦਿੰਦੇ ਹੋ ਇਸ ਤੋਂ ਚੰਗਾ ਜਸਟਿਸ ਮੰਗੋ ਜੇ ਤੁਹਾਡੀ ਆਵਾਜ਼ ਦੇ ਵਿੱਚ ਤੇ ਤੁਹਾਡੇ ਪੇਜਾਂ ਦੇ ਵਿੱਚ ਬਲੂ ਟਿੱਕਾਂ ਦੇ ਵਿੱਚ ਇੰਨੀ ਕੁ ਪਾਵਰ ਹੈਗੀ ਆ ਤੇ ਤੁਸੀਂ ਗਵਰਨਮੈਂਟ ਕੋਲੋਂ ਜਸਟਿਸ ਮੰਗ ਸਕਦੇ ਹੋ ਇੱਕ ਤੋਂ ਬਾਅਦ ਦੂਜੀ ਵਾਰੀ ਦੂਜੀ ਤੋਂ ਬਾਅਦ ਤੀਜੇ ਦੀ ਵਾਰੀ ਤੁਸੀਂ ਕੋਈ ਸੋਸ਼ਲ ਵੀ ਕਰ ਸਕਦੇ ਹੋ ਚੰਗਾ ਵੀ ਕਰ ਸਕਦੇ ਹੋ ਆਪਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਬਣਾਉਂਦੇ ਆਂ ਵੇਖਦੇ ਆਂ ਬਸ ਵਿੱਕੀ ਮਿੱਡੂ ਖੇਡਾਂ ਨੂੰ ਗੋਲੀਆਂ ਵੱਜ ਗਈਆਂ ਬਸ ਰੈਸਟ ਇਨ ਪੀਸ ਹੱਥ ਜੋੜ ਕੇ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਵਾਲੇ ਕੈਂਡਲ ਮਾਰਚ ਕਰ ਦਿੰਦੇ ਆਂ ਦੈਟਸ ਇਟ ਉਸ ਤੋਂ ਬਾਅਦ ਕਬੱਡੀ ਪਲੇਅਰ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਰੈਸਟ ਇਨ ਪੀਸ ਹੱਥ ਜੋੜ ਕੇ ਜਸਟਿਸ ਦੀ ਮੰਗ ਕੌਣ ਕਰੂਗਾ ਕਿੰਨੇ ਦਿਨ ਪਹਿਲਾਂ ਸਿੱਧੂ ਨੂੰ ਧਮਕੀਆਂ ਆ ਰਹੀਆਂ ਸੀਗੀਆਂ ਹੁਣ ਮਨਕੀਰਤ ਨੂੰ ਧਮਕੀਆਂ ਆ ਰਹੀਆਂ ਨੇ ਕਿੱਥੇ ਹੈ ਇੰਡਸਟਰੀ ਕਿਉਂ ਨਹੀਂ ਖਿਲਹਾਂਦਾ ਕੋਈ ਕਿਸੇ ਵਾਸਤੇ ਸਿਰ ਸਾਰਿਆਂ ਨੂੰ ਆਪਣੀ ਪਈ ਆ ਅੱਜ ਜੇ ਤੁਸੀਂ ਵੀ ਮੇਰੇ ਵਾਂਗੂ ਉਸ ਮਾਣ ਨੂੰ ਦੇਖਿਆ ਹੁੰਦਾ ਉਸ ਪਿਓ ਨੂੰ ਵੇਖਿਆ ਹੁੰਦਾ ਤੇ ਤੁਹਾਡਾ ਵੀ ਇਹੀ ਹਾਲ ਹੋਣਾ ਸੀਗਾ ਜੋ ਮੈਂ ਗੱਲ ਕਰ ਰਹੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਫਾਰਮੈਲਟੀਆਂ ਕਰਨੀਆਂ ਬੰਦ ਕਰੋ ਹੱਥ ਜੋੜ ਕੇ ਰੈਸਟ ਇਨ ਪੀਸ ਕਹਿਣਾ ਜੇ ਸੱਚੀ ਮੁੱਚੀ ਕਿਸੇ ਵਾਸਤੇ ਕਰਨਾ ਚਾਹੁੰਦੇ ਹੋ ਤੇ ਜਸਟਿਸ ਦੀ ਡਿਮਾਂਡ ਕਰੋ ਗਵਰਨਮੈਂਟ ਕੋਲੋਂ ਡਿਮਾਂਡ ਕਰੋ ਕਿ ਇਹ ਜਿੰਨੇ ਗੈਂਗਸਟਰ ਗਰੁੱਪ ਭਾਈ ਖਤਮ ਹੋਣੇ ਚਾਹੀਦੇ ਆ ਮਾਮਾ ਦੇ ਪੁੱਤ ਨਹੀਂ ਮਰਨੇ ਚਾਹੀਦੇ ਕਦੀ ਇੱਕ ਨੂੰ ਧਮਕੀ ਦੇਣਾ ਕਦੀ ਦੂਜੇ ਨੂੰ ਧਮਕੀ ਦੇਣਾ ਆਪਾਂ ਕਿਹੜੇ ਦੇਸ਼ ਚ ਰਹ ਰਹੇ ਆ ਜਿੱਥੇ ਲਾਅ ਐਂਡ ਆਰਡਰ ਕੋਈ ਨਹੀਂ ਹੈਗਾ ਜਿੱਥੇ AK47 ਤੋਂ ਵੀ ਉੱਤੇ ਦੀਆਂ ਗੰਨਾ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਇੰਟੈਲੀਜੈਂਸ ਜਾਂ CID ਕਿਤੇ ਨਹੀਂ ਹੈਗੀ ਕੀ ਗੱਲ ਸਾਨੂੰ ਸਮਝ ਨਹੀਂ ਲੱਗਦੀ ਕਿ ਜੇਲਾਂ ਦੇ ਵਿੱਚੋਂ ਕਤਲ ਕਰਵਾਏ ਜਾਂਦੇ ਨੇ ਔਰ ਗਵਰਨਮੈਂਟ ਵਿਸ਼ਾਤੋ ਬਿਨਾ ਜਬ ਪੋਲਿਟਿਕਸ ਇਚ ਇਨਵੋਲਵ ਨਹੀਂ ਹੈਗੀ ਕੀ ਆਪਾਂ ਇਹ ਲੋਕੀ ਅੰਨੇ ਆ ਕਿੰਨੀਆਂ ਹੋਰ ਮਾਵਾਂ ਦੇ ਪੁੱਤ ਜਾਣਗੇ ਇਹ ਸਭ ਕੁਝ ਤੇ ਪਿੱਛੇ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਇਸ ਕਰਕੇ ਮੈਂ ਡਰਦੀ ਨਹੀਂ ਇਸ ਕਰਕੇ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆ ਕੇ ਇਹ ਗੱਲ ਕਹਿ ਰਹੀ ਆ ਯੇ ਜਿਗਰਾ ਹੈਗਾ ਹੈ ਨਾ ਜਸਟਿਸ ਦੀ ਡਿਮਾਡ ਕਰੋ ਇੱਕ ਇੱਕ ਦੋਸ ਖੋਇਆ ਦੂਜਾ ਨਹੀਂ ਖੋਣਾ ਚਾਹੁੰਦੇ ਸੀ ਸ਼ਰੀਆਮ ਤਮਕੀਆਂ ਮੰਕੀਰਤ ਦੁਆ ਹੁਣ ਫਿਰ ਕਿਸੇ ਹੋਰ ਦਾ ਨੰਬਰ ਲੱਗੂਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਗਵਰਨਮੈਂਟ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਇਹ ਫੇਕ ਇੰਡਸਟਰੀ ਦੇ ਲੋਕਾਂ ਨੂੰ ਜਿਹੜੇ ਸੇਫ ਰੈਸਟ ਇਨ ਪੀਸ ਹੱਥ ਜੋੜ ਕੇ ਕਹਿ ਦਿੰਦੇ ਆਂ ਔਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਸਟ ਇਸੇ ਦੀ ਮੰਗ ਕਰੋ ਅੱਜ ਉਹ ਮਾਂ ਦਾ ਪੁੱਤ ਗਿਆ ਕੱਲ ਨੂੰ ਤੁਹਾਡੀ ਵੀ ਵਾਰੀ ਆ ਸਕਦੀ ਆ ਤੁਹਾਡੀ ਵੀ ਮਾਂ ਹੋ ਸਕਦੀ ਆ ਇਸ ਕਰਕੇ ਸੱਚ ਦਾ ਸਾਥ ਦੇਣਾ ਸਿੱਖੋ ਮਾਵਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਮੈਂ ਸਿਰਫ ਇੱਕੋ ਇਹ ਗੱਲ ਕਹਿਣੀ ਸੀ ਕਿਉਂਕਿ ਉਹ ਇੱਕ ਉੱਜੜਦਾ ਹੋਇਆ ਘਰ ਵੇਖ ਕੇ ਆਈਆਂ ਜਿਵੇਂ ਜੇ ਪੰਜਾਬ ਦੀ ਜਨਤਾ ਨੂੰ ਫਿਕਰ ਆ ਪੰਜਾਬ ਦੀ ਆਪਣੇ ਪੇਜਾਂ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਜਸਟਿਸ ਦੀ ਡਿਮਾਂਡ ਕਰੋ ਗਵਰਨਮੈਂਟ ਕੋਲੋਂ ਐ ਗੈਂਗਸਟਰਸ ਨੂੰ ਗੈਂਗਸਟਰੀਜ਼ਮ ਨੂੰ ਖਤਮ ਕਰਨ ਦੀ ਡਿਮਾਂਡ ਕਰੋ ਹੋਰ ਮਾਂ ਦੇ ਪੁੱਤ ਨਹੀਂ ਜਾਣੇ ਚਾਹੀਦੇ